जस पंजाबी देखते हुए सारे दर्शकों को मेरे वालों प्यार भरी सत श्री अकाल, तुहाडा स्वागत प्रोग्राम लॉ गाइड लाइव दे विच विद जसप्रीत सिंह अटॉर्नी एट लॉ। सब तो पहले मैं कहना चाहवांगी वेलकम टू जसप्रीत जी, तुहाडा स्वागत प्रोग्राम दे विच। जसप्रीत जी, तुसी हर हफ्ते साडे नाल इस तरह जुड़ते हो एंड आई नो कि लीगल तौर पर तुहाडे लिए अज बहुत ही ज़्यादा बिजी दिन रहा, इस करके तुसी साडे नाल अज फोन पर जुड़े हो। जसप्रीत जी, सब तो पहले प्रोग्राम दे विच तुहाडा स्वागत। हाँ जी, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜਸਪ੍ਰੀਤ ਜੀ। ਆਫ ਕੋਰਸ ਦੇਅਰ ਆਰ ਸੋ ਮੈਨੀ ਵੱਡੀ ਵੱਡੀ ਹੈਡਲਾਈਨਸ ਲੀਗਲ ਮਸਲਿਆਂ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ। ਪ੍ਰੈਜ਼ੀਡੈਂਟ ਟਰੰਪ ਵੱਲੋਂ ਲਿਟਰਲੀ ਹਰ ਰੋਜ਼ ਕੁਛ ਨਵਾਂ ਨਿਕਲ ਆਉਂਦਾ ਡਿਸਕਸ ਕਰਨ ਲਈ, ਬਟ ਆਈ ਥਿੰਕ ਉਸ ਤੋਂ ਪਹਿਲੇ ਕੁਛ ਇੰਪੋਰਟੈਂਟ ਅਪਡੇਟਸ ਤੁਸੀਂ ਸਾਡੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਜਿੱਥੇ ਇਮੀਗ੍ਰੇਸ਼ਨ ਕੋਰਟ ਪ੍ਰੋਸੀਡਿੰਗਸ ਅਤੇ ਫੀਸ ਦੀ ਗੱਲ ਆਉਂਦੀ ਹੈ। ਸੋ ਲੈਟਸ ਸਟਾਰਟ ਵਿਦ ਦੈਟ। ਇਮੀਗ੍ਰੇਸ਼ਨ ਫੀਸ ਨੂੰ ਲੈ ਕੇ ਕੀ ਅਪਡੇਟਸ ਹੈਗੀਆਂ ਅੱਜ? ਹਾਂ, ਇੱਕ ਤਾਂ ਪਹਿਲਾਂ ਇਮੀਗ੍ਰੇਸ਼ਨ ਕੋਰਟਸ ਜਿਹੜੀਆਂ ਨੇ, ਜਿਹੜੀਆਂ ਨੋਨ ਡਿਟੇਨਡ ਹੇਅਰਿੰਗਸ ਹੈਗੀਆਂ ਅਸ਼ਮਿਤਾ ਜੀ, ਕੈਲੀਫੋਰਨੀਆ ਅਤੇ ਨਿਊਯਾਰਕ 'ਚ ਖਾਸ ਕਰਕੇ, ਅਤੇ ਉਹ ਮਤਲਬ ਪੋਸਟਪੋਨ ਹੋ ਗਈਆਂ ਜੀ ਅਗਸਤ 27 ਤੱਕ ਜੀ। ਅਤੇ ਅਗਸਤ 27 ਤੱਕ ਕੋਈ ਵੀ ਹੁਣ ਜਿਹੜੀ ਇੰਡੀਵਿਜੁਅਲ ਜਾਂ ਮਾਸਟਰ ਜਿਹੜੀਆਂ ਵੀ ਡੇਟਾਂ ਆਉਂਦੀਆਂ ਉਹ ਹੁਣ ਨਹੀਂ ਹੋਣਗੀਆਂ। ਜੇ ਕਿਸੇ ਦੀਆਂ ਡੇਟਾਂ ਹੈਗੀਆਂ ਤਾਂ ਉਹਨੂੰ ਦੁਬਾਰਾ ਡੇਟ ਆ ਜਾਏਗੀ, ਪਰ ਜਿਹੜਾ ਡਿਟੇਨ ਡੌਕਟ ਆ ਜਿਹੜੇ ਜੇਲ੍ਹਾਂ 'ਚ ਹੈਗੇ ਉਹਨਾਂ ਦੇ ਕੇਸਾਂ 'ਚ ਸੁਣਵਾਈ ਹੋਏਗੀ ਜੀ। ਤੇ ਕਈ ਜਿਹੜੀਆਂ ਕੋਰਟਾਂ ਨੇ ਖੁੱਲੀਆਂ ਵੀ ਹੈਗੀਆਂ, ਜਿਵੇਂ ਜਿਹੜੀ ਹੈਗੀ ਡਿਟਰੋਇਟ ਮਿਸ਼ੀਗਨ ਵਾਲੀ ਕੋਰਟ ਖੁੱਲੀ ਆ, ਕਲੀਵਲੈਂਡ ਓਹਾਇਓ ਵਾਲੀ ਖੁੱਲੀ ਆ, ਉਦੋਂ ਇਲਾਵਾ ਨਿਊ ਓਰਲੀਨਸ ਖੁੱਲੀ, ਇੱਦਾਂ ਕਈ ਕੋਰਟਾਂ ਖੁੱਲੀਆਂ ਵੀ ਆ, ਪਰ ਜਿਹੜੀਆਂ ਮਤਲਬ ਬੰਦ ਨੇ ਹੁਣ ਤੱਕ ਉਹਨਾਂ ਵਿੱਚੋਂ ਖਾਸ ਕਰਕੇ ਨਿਊਯਾਰਕ ਅਤੇ ਕੈਲੀਫੋਰਨੀਆ ਦੀਆਂ ਕੋਰਟਾਂ, ਉਹ ਹੁਣ 27 ਤੱਕ ਉਹਨਾਂ ਨੇ ਸਾਰੀਆਂ ਜਿਹੜੀਆਂ ਹੀਅਰਿੰਗਸ ਹੈਗੀਆਂ ਉਹ ਪੋਸਟਪੋਨ ਕਰਤੀਆਂ। ਸੋ ਇਸ ਕਰਕੇ ਜਿਹੜੀਆਂ ਵੀ ਹੀਅਰਿੰਗਸ ਹੋਣਗੀਆਂ ਉਹਨਾਂ ਨੂੰ ਆਪਣੇ ਆਪ ਹੀ ਲੈਟਰ ਆਉਣਗੇ ਜਾਂ ਆਨਲਾਈਨ ਸਿਸਟਮ ਚੈੱਕ ਕਰ ਸਕਦੇ ਡੇਟ ਆਪਣੀ ਜੀ, ਜਿਹੜੀ ਕਿ ਉਸ ਤੋਂ ਬਾਅਦ ਹੋਏਗੀ। ਸੋ ਦੂਜਾ ਜਿਹੜੀ ਇਮੀਗ੍ਰੇਸ਼ਨ ਫੀਸ, ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਵੀ ਫੀਸਾਂ ਵੱਧ ਰਹੀਆਂ ਇਮੀਗ੍ਰੇਸ਼ਨ ਦੀਆਂ, ਅਤੇ ਉਹ ਜਿਹੜੀਆਂ ਹੈਗਾ ਰੂਲ ਪਬਲਿਸ਼ ਹੋ ਗਿਆ ਹੁਣ, ਅਤੇ ਉਹ ਜਿਹੜੀਆਂ ਫੀਸਿਸ ਹੈਗੀਆਂ ਉਹ 2 ਅਕਤੂਬਰ ਤੋਂ ਵੱਧ ਰਹੀਆਂ ਨੇ। ਅੱਛਾ ਜੀ। ਅਤੇ ਉਹਦੇ ਵਿੱਚ ਕਈ ਤਾਂ ਕੈਟਾਗਰੀਜ਼ ਦੇ ਵਿੱਚ ਬੜੀ ਸਿਗਨੀਫਿਕੈਂਟ ਇਨਕਰੀਜ਼ ਆ, ਕਈਆਂ ਦੇ ਵਿੱਚ ਘੱਟ ਆ। ਅਤੇ ਹੁਣ ਜਿਹੜਾ ਆਪਾਂ ਮੇਨ ਮੇਨ ਮੈਂ ਦੱਸ ਦਿੰਦਾ ਵੀ ਜਿਹੜੀਆਂ ਮਤਲਬ ਕੈਟਾਗਰੀਜ਼ ਨੇ, ਇੱਕ ਤਾਂ ਜਿਹੜੀ ਸਿਟੀਜ਼ਨਸ਼ਿਪ ਦੀ ਹੈਗੀ N-400 ਜੀ, ਉਹਦੀ ਜਿਹੜੀ ਹੁਣ ਫੀਸ ਹੈਗੀ ਆ ਉਹ 725 ਹੁੰਦੀ ਆ ਫਿੰਗਰਪ੍ਰਿੰਟ ਪਾ ਕੇ, ਮਤਲਬ 640 ਪਲੱਸ ਫਿੰਗਰਪ੍ਰਿੰਟ, ਤੇ ਉਹ ਹੋ ਜਾਏਗੀ 1170 ਜੀ। ਸੋ ਉਹਦੇ ਵਿੱਚ ਤਕਰੀਬਨ ਸ਼ਮਿਤਾ ਜੀ 80% ਤੋਂ ਉੱਪਰ ਇਨਕਰੀਜ਼ ਆ। ਮਾਈ ਗੁੱਡਨੈਸ। ਤੇ ਜੇ ਕਿਸੇ ਨੇ ਆਨਲਾਈਨ ਭਰਨੀ ਆ ਤਾਂ ਹੋਏਗੀ 1160, ਉਹ ਵੀ $10 ਦਾ ਫਰਕ ਆ, ਪਰ ਉਹ ਮਤਲਬ ਉਹ ਚ ਤੁਸੀਂ ਦੇਖ ਲਓ ਵੀ ਕਾਫੀ ਇਨਕਰੀਜ਼ ਆ, ਆਲਮੋਸਟ 80% ਇਨਕਰੀਜ਼ ਜੀ। ਤੇ ਇੱਕ ਅੱਗੇ ਪਹਿਲਾਂ ਫੀ ਵੇਵਰ ਹੁੰਦੇ ਸੀ, ਜਿਹੜੇ ਬੰਦੇ ਦੀ ਲੋਅ ਇਨਕਮ ਸੀ ਜਾਂ ਇਨਕਮ ਘੱਟ ਸੀ ਉਹ ਫੀ ਵੇਵਰ ਲਾ ਕੇ ਭੇਜਦੇ ਸੀ ਕਿ ਮੇਰੇ ਕੋਲ ਪੈਸੇ ਹੈ ਨਹੀਂ, ਤੇ ਉਹਦੀ ਜਿਹੜੀ ਫੀਸ ਹੁੰਦੀ ਸੀ ਸਿਟੀਜ਼ਨਸ਼ਿਪ ਅਪਲਾਈ ਕਰਨ ਦੀ ਨੈਚੁਰਲਾਈਜੇਸ਼ਨ ਉਹ ਮਾਫ ਹੋ ਜਾਂਦੀ ਸੀ, ਉਹ ਫੀ ਵੇਵਰ ਵੀ ਬੰਦ ਕਰਤੇ ਇਹਨਾਂ ਨੇ। ਅੱਛਾ ਜੀ। ਸੋ ਹੁਣ ਫੀਸ ਭਰਨੀ ਪਏਗੀ ਜੀ। ਤੇ ਉਸ ਤੋਂ ਇਲਾਵਾ 601 ਵੇਵਰ ਹੁੰਦਾ ਸੀ, ਉਹਦੀ 930 ਸੀ, ਉਹਦੀ 1010 ਹੋ ਗਈ ਆ, ਤੇ $80 ਮਤਲਬ ਵਧੇ ਆ। ਤੇ ਇਸ ਤੋਂ ਇਲਾਵਾ ਜਿਹੜੀ ਦੂਜੀ ਹੈਗੀ ਆ ਮੇਨ, ਉਹ ਹੈਗੀ ਵੀ ਜਿਹੜੇ I-130 ਪਟੀਸ਼ਨਾਂ, ਜਿਹੜੇ ਲੋਕੀ ਰੈਲੇਟਿਵ ਪਟੀਸ਼ਨਾਂ ਕਰਦੇ ਆ ਆਪਣੇ, ਜਿਵੇਂ ਆਪਾਂ ਆਪਣਾ ਕਿਸੇ ਨੇ ਹਸਬੈਂਡ ਵਾਈਫ ਲਈ ਅਪਲਾਈ ਕਰਨਾ ਜਾਂ ਪੇਰੈਂਟਸ ਲਈ ਕਰਨਾ ਜਾਂ ਭੈਣ ਭਰਾਵਾਂ ਲਈ ਕਰਨਾ, ਉਹਦੀ I-130 ਪਟੀਸ਼ਨ ਕੀਤੀ ਜਾਂਦੀ ਆ, ਉਹਦੀ ਜਿਹੜੀ ਹੁਣ ਕਰੰਟ ਫੀਸ ਹੈਗੀ ਆ ਉਹ 535 ਆ, ਅਤੇ ਉਹ ਵੱਧ ਕੇ ਹੋ ਜਾਏਗੀ 560, ਅਤੇ ਜੇ ਤੁਸੀਂ ਆਨਲਾਈਨ ਭਰਨਾ ਤਾਂ 550 ਜੀ। ਅਤੇ ਜਿਹੜਾ ਟਰੈਵਲ ਡਾਕੂਮੈਂਟ ਹੈਗਾ ਰੀਐਂਟਰੀ ਪਰਮਿਟ, ਉਹਦੀ ਫੀਸ ਬਹੁਤ ਜ਼ਿਆਦਾ ਵਧਾ ਤੀ ਆ, ਉਹ ਹੁਣ ਹੈਗੀ ਸੀ 575 ਅਤੇ ਵਧਾ ਕੇ 1010 ਕਰਤੀ ਜੀ। ਅਤੇ ਜਿਹੜਾ ਇਹਦੇ ਨਾਲ ਹੀ ਐਡਜਸਟਮੈਂਟ ਆਫ ਸਟੈਟਸ ਹੈ, ਜਦੋਂ ਗ੍ਰੀਨ ਕਾਰਡ ਅਪਲਾਈ ਕਰਦੇ ਆ, ਜਿਹਨੂੰ ਆਪਾਂ ਐਡਜਸਟਮੈਂਟ ਆਫ ਸਟੈਟਸ ਕਹਿੰਦੇ ਹਾਂ, ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੁੰਦੀ ਆ I-485, ਉਹਦੀ ਜਿਹੜੀ ਫੀਸ ਹੈਗੀ ਆ, ਅਤੇ ਉਹਦੇ ਵਿੱਚ ਇਹਨਾਂ ਨੇ ਪਾਲੀ ਚੇਂਜ ਨਹੀਂ ਕੀਤੀ, ਜਿਵੇਂ ਉਹ 'ਚ ਜਿਹੜਾ ਹੈਗਾ $10 ਘੱਟ ਕੀਤਾ ਉਹਨੂੰ, ਪਰ ਨਾਲ ਉਹਦੇ 'ਚ ਇਹ ਕਰਤਾ ਜਿਵੇਂ ਹੁਣ ਫੀਸ ਜਿਹੜੀ ਉਹਦੀ ਹੈਗੀ ਆ ਉਹ ਹੋਏਗੀ, ਉਹ ਹੈਗੀ 1140 ਪਲੱਸ ਫਿੰਗਰਪ੍ਰਿੰਟ ਪਾ ਕੇ 2225, ਤੋਂ 1130 ਕਰਤੀ ਆ ਜੀ। ਲੇਕਿਨ ਉਹਦੇ 'ਚ ਇਹ ਕਰਤਾ ਵੀ ਜਿਹੜੀ ਹੁਣ ਵਾਲੀ ਫੀਸ ਹੈ ਨਾ 1140, ਇਹਦੇ ਵਿੱਚ ਇਨਕਲੂਡਿਡ ਆ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ, ਉਹਦੀ ਕੋਈ ਸੈਪਰੇਟ ਫੀਸ ਨਹੀਂ ਦੇਣੀ ਪੈਂਦੀ ਜੀ।
ਹੁਣ ਜੇ ਤੁਸੀਂ 2 ਅਕਟੂਬਰ ਤੋਂ ਬਾਅਦ ਅਪਲਾਈ ਕਰੋਗੇ ਤਾਂ ਫੀਸ ਹੋਏਗੀ 1130 ਜੀ। ਇਹਦੇ ਵਿੱਚ ਜੇ ਤੁਸੀਂ ਵਰਕ ਪਰਮਿਟ ਲੈਣਾ ਉਹਦੀ ਫੀਸ ਐਡ ਕਰੋ 550, ਜੇ ਟਰੈਵਲ ਡਾਕੂਮੈਂਟ ਕਰਨਾ ਉਹਦੀ ਐਕਸਟਰਾ ਫੀਸ ਆ ਤਾਂ ਲਾ ਮਿਲਾ ਕੇ 2200 ਹੋਊਗੀ। ਸੋ ਹੁਣ ਜੇ ਕਿਸੇ ਨੇ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਅਪਲਾਈ ਕਰਨਾ ਤੇ ਉਹਨੂੰ ਜੇ ਉਹਨੇ ਵਰਕ ਪਰਮਿਟ ਲੈਣਾ ਟਰੈਵਲ ਡਾਕੂਮੈਂਟ ਲੈਣਾ ਤਾਂ ਉਹਨੂੰ ਆਲਮੋਸਟ ਡਬਲ ਪੈਸੇ ਦੇਣੇ ਪੈਣਗੇ ਹੁਣ ਤੋਂ ਜੋ ਅੱਜ ਆ। ਵਾਓ। ਤੇ ਜਿਹੜੀ ਹੈਗੀ ਵਰਕ ਪਰਮਿਟ ਦੀ ਫੀਸ ਉਹ ਹੁਣ 410 ਹੈਗੀ ਆ ਤੇ ਉਹ ਮੁੜ ਕੇ 550 ਕਰਤੀ ਇਹਨਾਂ ਨੇ, ਉਹਦੇ ਵਿੱਚ ਵੀ $140 ਦੀ ਇਨਕਰੀਸ ਕੀਤੀ ਆ ਤੇ ਪਰ ਇਹ ਆ ਕਿ ਇਹਦੇ ਨਾਲ ਨਾਲ ਇੱਕ ਹੋਰ ਬੜੀ ਸਿਗਨੀਫੀਕੈਂਟ ਚੇਂਜ ਆ ਉਹ ਸ਼ਮਿਤਾ ਜੀ ਇਹ ਆ ਵੀ ਜਿਹੜੇ ਪੋਲੀਟੀਕਲ ਅਸਾਇਲਮ ਦੇ ਅੱਗੇ ਐਪਲੀਕੈਂਟ ਸੀ, ਜਦੋਂ ਆਪਾਂ ਅਸਾਇਲਮ ਦੀਆਂ ਐਪਲੀਕੇਸ਼ਨਾਂ ਦਿੰਦੇ ਹਾਂ ਉਹਦੇ ਵਿੱਚ ਕੋਈ ਜਿਹੜੀ ਗਵਰਨਮੈਂਟ ਦੀ ਫੀਸ ਨਹੀਂ ਸੀ USCIS, ਸਿਰਫ ਇਹ ਹੁੰਦਾ ਵੀ ਜਿਹੜਾ ਭਰਨ ਵਾਲਾ ਕੋਈ ਵਕੀਲ ਆ ਜਾਂ ਹੋਰ ਉਹਦੀ ਫੀਸ ਤਾਂ ਹੋ ਸਕਦੀ ਪਰ ਗਵਰਨਮੈਂਟ ਦੀ ਨਹੀਂ ਸੀ ਜੀ। ਹੁਣ ਇਹਨਾਂ ਨੇ ਗਵਰਨਮੈਂਟ ਦੀ ਫੀਸ ਵੀ ਉਹ ਮਤਲਬ ਕਰਤੀ ਆ ਮਤਲਬ $50 ਜੋ ਜਿਹੜਾ ਵੀ ਹੁਣ ਸੈਲਮ ਐਪਲੀਕੇਸ਼ਨ ਭਰੇਗਾ 2 ਅਕਤੂਬਰ ਤੋਂ ਬਾਅਦ ਉਹਨੂੰ $50 ਗਵਰਨਮੈਂਟ ਦੀ ਫੀਸ ਦੇਣੀ ਪਏਗੀ। ਤੇ ਇਸ ਦੇ ਨਾਲ ਨਾਲ ਜਿਹੜੇ ਸੈਲਮ ਦੇ ਐਪਲੀਕੈਂਟ ਸੀ ਜਿਹਨਾਂ ਨੂੰ ਫਸਟ ਟਾਈਮ ਮਿਲਦਾ ਸੀ ਵਰਕ ਪਰਮਿਟ, ਜਿਵੇਂ ਕਿਸੇ ਨੇ ਸੈਲਮ ਅਪਲਾਈ ਕੀਤਾ ਉਹਦੀ ਇੰਟਰਵਿਊ ਨਹੀਂ ਆਈ ਤੇ 180 ਦਿਨ ਬਾਅਦ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਜੀ। ਸੋ ਜਿਹਨਾਂ ਨੂੰ ਫਸਟ ਟਾਈਮ ਵਰਕ ਪਰਮਿਟ ਮਿਲਦਾ ਸੀ ਉਹਨਾਂ ਦੀ ਉਹ ਫ੍ਰੀ ਸੀ ਵਰਕ ਪਰਮਿਟ, ਉਹਦੀ ਕੋਈ ਗਵਰਨਮੈਂਟ ਫੀਸ ਨਹੀਂ ਸੀ ਹੁੰਦੀ। ਤੇ ਹੁਣ ਇਹਨਾਂ ਨੇ ਗਵਰਨਮੈਂਟ ਫੀਸ ਉਹ ਚ ਐਡ ਕਰਤੀ ਆ ਤੇ ਹੁਣ ਜਿਹਨੇ ਵੀ ਵਰਕ ਪਰਮਿਟ ਫਸਟ ਟਾਈਮ ਵੀ ਜਾਏ ਸੈਲਮ ਵਾਲੇ ਨੇ ਅਪਲਾਈ ਕਰਨਾ ਉਹਨੂੰ $550 ਦੇਣੇ ਪੈਣਗੇ ਤੇ ਜੇ ਰਿਨਿਊ ਕਰਾਉਣਾ ਉਹਦੇ ਵੀ 550। ਸੋ ਇਹ ਹੈਗੀਆਂ ਕੁਝ ਸਿਗਨੀਫੀਕੈਂਟ ਜਿਹੜੀਆਂ ਮਤਲਬ ਇਹਦੇ ਚੇਂਜਸ ਨੇ ਜਿਹੜੇ ਕਿ 2 ਅਕਟੂਬਰ ਤੋਂ ਲਾਗੂ ਹੋ ਜਾਣੇ ਆ। ਜੀ ਜੀ ਐਂਡ ਆਈ ਥਿੰਕ ਇਹ ਨਾ ਕਿ ਸਿਰਫ ਸਿਗਨੀਫੀਕੈਂਟ ਹੈ ਬਟ ਕਾਫੀ ਲੋਕਾਂ ਲਈ ਕਾਫੀ ਪ੍ਰੋਬਲਮਸ ਕ੍ਰੀਏਟ ਕਰ ਸਕਦੇ ਆ। ਬਟ ਜਿੱਥੇ ਗਵਰਨਮੈਂਟ ਜਾਂ USCIS ਦੀ ਗੱਲ ਆਉਂਦੀ ਹੈ ਉਹਨਾਂ ਦੇ ਆਪਣੇ ਖਰਚੇ ਨਹੀਂ ਪੂਰੇ ਹੋ ਰਹੇ, ਉਹਨਾਂ ਨੂੰ ਇਹ ਐਕਸਟਰਾ ਰੈਵਨਿਊ ਦੀ ਵੀ ਲੋਡ ਹੈ। ਸੋ ਆਈ ਥਿੰਕ ਯੂ ਨੋ ਕਾਫੀ ਉੱਥੇ ਰੀਜ਼ਨੇਬਲ ਲੱਗਦਾ। ਬਟ ਜਸਪ੍ਰੀਤ ਜੀ ਅਫਕੋਰਸ ਇਹ ਤਾਂ ਆਪਣੇ ਜੋ ਮੇਨ ਇਮੀਗ੍ਰੇਸ਼ਨ ਰਿਲੇਟਿਡ ਅਪਡੇਟਸ ਹਨ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕੀਤੀ, ਵੀ ਆਰ ਵੈਰੀ ਥੈਂਕਫੁਲ ਫੋਰ ਦੈਟ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਤੁਹਾਡੇ ਆਫਿਸਿਸ ਵੱਖ ਵੱਖ ਨੈਸ਼ਨਲ ਲੈਵਲ 'ਤੇ ਐਗਜ਼ਿਸਟ ਕਰਦੇ ਆ, ਭਾਵੇਂ ਉਹ ਵੈਸਟ ਕੋਸਟ ਹੋਏ ਈਸਟ ਕੋਸਟ ਹੋਏ, ਤੁਸੀਂ ਇਮੀਗ੍ਰੇਸ਼ਨ ਰਿਲੇਟਿਡ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਐਕਸਪਰਟ ਤੌਰ 'ਤੇ ਜ਼ਰੂਰ ਹੈਲਪ ਕਰਦੇ ਹੋ। ਜਸਪ੍ਰੀਤ ਜੀ ਮੈਂ ਤੁਹਾਨੂੰ ਇੱਥੇ ਇਹ ਵੀ ਪੁੱਛਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਆਪਾਂ ਹਰ ਹਫ਼ਤੇ ਤੁਹਾਡੇ ਨਾਲ ਕੁਛ ਕਰੰਟ ਇਵੈਂਟਸ 'ਤੇ ਓਪੀਨੀਅਨਸ ਤੁਹਾਡੇ ਸਾਂਝੇ ਕਰਦੇ ਹਾਂ ਲੋਕਾਂ ਨਾਲ, ਜ਼ਰੂਰ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਕਿੱਥੇ ਨਾ ਜਾਓ ਐਂਡ ਵਿਊਅਰਸ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਇਹ ਪ੍ਰੋਗਰਾਮ ਬਿਲਕੁਲ ਲਾਈਵ ਆ ਰਿਹਾ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਗਰ ਤੁਸੀਂ ਫੇਸਬੁੱਕ 'ਤੇ ਵਾਚ ਕਰ ਰਹੇ ਹੋ ਸਾਨੂੰ ਕਮੈਂਟਸ ਦੇ ਰਾਹੀਂ ਜ਼ਰੂਰ ਤੁਸੀਂ ਆਪਣੇ ਸਵਾਲ ਰੱਖ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲਾਅ ਗਾਈਡ ਲਾਈਵ ਵਿਦ ਜਸਪ੍ਰੀਤ ਸਿੰਘ ਅਟਰਨੀ ਐਟ ਲਾਅ। ਅਤੇ ਅਫਕੋਰਸ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਹਰ ਹਫ਼ਤੇ ਜੁੜਦੇ ਆ ਜਸਪ੍ਰੀਤ ਜੀ, ਜੁਆਇਨਿੰਗ ਅਸ ਫਰੋਮ ਕੈਲੀਫੋਰਨੀਆ। ਜਸਪ੍ਰੀਤ ਜੀ ਤੁਸੀਂ ਇੱਕ ਵਾਰੀ ਫਿਰ ਪ੍ਰੋਗਰਾਮ ਵਿੱਚ ਆਏ, ਤੁਸੀਂ ਸਾਨੂੰ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਇੰਪੋਰਟੈਂਟ ਅਪਡੇਟਸ, ਖਾਸ ਕਰਕੇ ਜਿੱਥੇ ਇਮੀਗ੍ਰੇਸ਼ਨ ਫੀਸ ਦੀ ਗੱਲ ਆਉਂਦੀ ਹੈ, ਉਹ ਸ਼ੇਅਰ ਕੀਤੀਆਂ। ਅਫਕੋਰਸ ਯੂ ਨੋ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਦੈਟ ਅਗਰ ਉਹਨਾਂ ਦੇ ਕੋਈ ਸਪੈਸੀਫਿਕ ਆਪਣੇ ਇਮੀਗ੍ਰੇਸ਼ਨ ਕੇਸ ਨੂੰ ਰਿਲੇਟਿਡ ਕੁਐਸਚਨਸ ਹਨ, ਜ਼ਰੂਰ ਤੁਹਾਡੇ ਨਾਲ ਡਾਇਰੈਕਟਲੀ ਉਹ ਸੰਪਰਕ ਕਰ ਸਕਦੇ ਹੈ। ਭਾਵੇਂ ਇਹ ਸ਼ੋਅ ਆਪਾਂ ਲਾਈਵ ਕਰ ਰਹੇ ਹਾਂ ਬਟ ਆਪਾਂ ਕੋਲ ਇਸ ਕਰਕੇ ਨਹੀਂ ਲੈਂਦੇ ਕਿ ਜਿੰਨੀ ਜ਼ਿਆਦਾ ਜਾਣਕਾਰੀ ਸ਼ੇਅਰ ਕਰਨੀ ਹੁੰਦੀ ਹੈ ਲੋਕਾਂ ਨਾਲ ਅਤੇ ਫੇਸਬੁੱਕ 'ਤੇ ਇਹ ਵੀ ਲਾਈਵ ਆ ਰਿਹਾ, ਤੁਸੀਂ ਜ਼ਰੂਰ ਉੱਥੇ ਆਪਣੇ ਕੁਐਸਚਨਸ ਕਮੈਂਟਸ ਰੱਖ ਸਕਦੇ ਹੋ। ਜਸਪ੍ਰੀਤ ਜੀ, ਇਸ ਹਫ਼ਤੇ ਜਦੋਂ ਸਾਡੀ ਪਿਛਲੇ ਹਫ਼ਤੇ ਗੱਲ ਹੋਈ ਸੀ ਉਹਦੇ ਦੌਰਾਨ ਕਿੰਨੀ ਵੱਡੀ ਵੱਡੀ ਅਨਾਊਂਸਮੈਂਟਸ, ਅੱਜ ਹੀ ਇੰਨੀ ਵੱਡੀ ਅਨਾਊਂਸਮੈਂਟ ਨਿਕਲੀ ਹੈ, ਉਸ ਤੋਂ ਪਹਿਲੇ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ। ਕੁਛ ਦਿਨਾਂ ਪਹਿਲੇ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਐਗਜ਼ੈਕਟਿਵ ਆਰਡਰ ਸਾਈਨ ਹੋਇਆ ਸੀ, ਉਹਦੀ ਕੁਛ ਚਰਚਾ ਹੋਈ ਸੀ। ਇੱਕ ਉਹਦੇ ਵਿੱਚ ਇਹੋ ਜਿਹਾ ਪੀਸ ਨਿਕਲਿਆ ਸੀ ਜੋ ਇਮੀਗ੍ਰੇਸ਼ਨ ਨੂੰ ਇੰਪੈਕਟ ਕਰਦਾ ਹੈ ਅਗਰ ਇਹ ਚੀਜ਼ ਪਾਸ ਹੁੰਦੀ ਹੈ ਫੋਰਮਲੀ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਸ਼ਾਇਦ ਉਹ ਆਰਡਰ ਦੇਣ ਕਿ ਬਾਰਡਰ 'ਤੇ US citizens and green card holders, legal permanent residents, nu United States vich entry karan to rokya jaye agar othe determine hunda hai ki unhan nu covid da exposure hoya ya covid symptoms han. Sab to pehle main tode to eh puchna chahndi ha, eh cheez hale pass nahi hui, eh sirf president trump ne kiya hai, but ki eh cheez legal bhi hai ki tusi United States de vich ek US citizen ya green card holder di entry ਇਸ ਚੀਜ਼ ਨੂੰ ਲੈ ਕੇ ਰੋਕੀ ਜਾ ਸਕਦੀ ਹੈ? ਅਸ਼ਮਿਤਾ ਜੀ, ਅਜੇ ਉਹਨਾਂ ਨੇ ਕਿਹਾ ਹੀ ਆ ਪਰ ਅਜੇ ਤੱਕ ਉਹਨਾਂ ਨੇ ਕਿਹਾ ਵੀ ਮੈਂ ਕੋਈ ਐਗਜ਼ੈਕਟਿਵ ਆਰਡਰ
ਇਨ ਦ ਕਮਿੰਗ ਡੇਜ਼ ਕਰੂੰਗਾ ਪਰ ਕੀਤਾ ਨਹੀਂ ਪਰ ਇਹ ਲੀਗਲ ਨਹੀਂ ਹੈ ਕਿ ਰੋਕੀ ਨਹੀਂ ਜਾ ਸਕਦੀ ਜਿਹੜੇ ਤਾਂ ਨਾਨ ਇਮੀਗ੍ਰੈਂਟ ਵੀਜ਼ੇ ਨੇ ਜਿਵੇਂ ਵਿਜ਼ਟਰ ਵੀਜ਼ਾ ਹੋ ਗਿਆ H1 ਹੋ ਗਿਆ F1 ਹੋ ਗਿਆ ਸਟੂਡੈਂਟ ਵੀਜ਼ਾ ਜਿਹੜੇ ਇਸ ਕਿਸਮ ਦੇ ਵੀਜ਼ੇ ਆ ਉਹ ਜਿਹੜੀ ਐਗਜ਼ੈਕਟਿਵ ਹੈਗੀ ਹੈ ਜਿਵੇਂ ਪ੍ਰੈਜ਼ੀਡੈਂਟ ਉਹਦੇ ਕੋਲ ਪਾਵਰ ਹੈਗੀ ਹੈ ਰੋਕਣ ਦੀ ਪਰ ਜਿਹੜੇ ਇਮੀਗ੍ਰੈਂਟ ਵੀਜ਼ੇਸ ਨੇ ਖਾਸ ਕਰਕੇ ਜਿਹੜੇ ਬੰਦਿਆਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੈ ਜਾਂ ਸਿਟੀਜ਼ਨ ਨੇ ਉਹਨਾਂ ਦੇ ਰਾਈਟਸ ਬਣ ਜਾਂਦੇ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਉਹਨਾਂ ਨੂੰ ਇਹ ਤਾਂ ਕਹਿ ਸਕਦੇ ਆ ਵੀ ਤੁਸੀਂ ਜੇ ਕਿਸੇ ਉਹੋ ਜਿਹੀ ਕੰਟਰੀ ਤੋਂ ਆਏ ਹੋ ਤਾਂ ਕੁਆਰੰਟਾਈਨ ਕਰੋ ਜਿਵੇਂ ਇੰਡੀਆ ਜਾਂਦਾ ਬੰਦਾ ਕੋਈ ਉੱਥੋਂ ਦੀ ਸਰਕਾਰ ਕਹਿੰਦੀ ਆ ਵੀ 2 ਹਫ਼ਤੇ ਕੁਆਰੰਟਾਈਨ ਕਰੋ ਜਾਂ ਆਪਾਂ ਇੱਥੋਂ ਨਿਊਯਾਰਕ ਜਾਂਦਾ ਕੋਈ ਹੋਏ ਕਰੋ ਕੈਲੀਫੋਰਨੀਆ ਤੋਂ ਉਹਨੂੰ ਉਹ ਕਹਿੰਦੇ ਨੇ ਵੀ ਕੁਆਰੰਟਾਈਨ ਕਰੇ 2 ਵੀਕ ਸੋ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਵੀ ਕੁਆਰੰਟਾਈਨ ਕਰੇ ਪਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਐਂਟਰੀ ਨਹੀਂ ਦੇਣੀ ਕਿਉਂਕਿ ਜਿਹੜਾ ਸਿਟੀਜ਼ਨ ਆ ਉਹ ਤਾਂ ਰਾਈਟ ਆ ਇੱਥੇ ਐਂਟਰ ਹੋਣਾ ਜੀ ਉਹਨੂੰ ਐਂਟਰੀ ਕਿਵੇਂ ਰੋਕੀ ਜਾ ਸਕਦੀ ਹੈ ਇਸ ਤਰ੍ਹਾਂ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਜੇ ਉਹ ਵਿਦਨ 6 ਮੰਥਸ ਵਾਪਸ ਆ ਰਿਹਾ ਉਹਦਾ ਰਾਈਟ ਆ ਉਹਨੂੰ ਤੁਸੀਂ ਕਿਦਾਂ ਰੋਕ ਸਕਦੇ ਐਂਟਰੀ ਵੀ ਆਪਣੇ ਆਪ ਹੀ ਵੀ ਐਂਟਰੀ ਦੇਣੀ ਜੇ ਇਹਨਾਂ ਨੇ ਕੀਤਾ ਵੀ ਆ ਤਾਂ ਕੋਰਟਸ ਵਿੱਚ ਚੈਲੰਜ ਹੋਏਗਾ ਇਹ ਜਿਵੇਂ ਇਹਨਾਂ ਦੇ ਬਾਕੀ ਹੋਰ ਆਰਡਰ ਹੋਏ ਆ ਜੀ ਤੇ ਮੋਸਟ ਲਾਈਕਲੀ ਇਹ ਤੇ ਰੋਕ ਲੱਗ ਜਾਏਗੀ ਜੀ ਐਂਡ ਜਿੱਥੇ ਐਗਜ਼ੀਕਿਊਟਿਵ ਆਰਡਰ ਦੀ ਗੱਲ ਆਉਂਦੀ ਹੈ ਜੋ ਐਗਜ਼ੀਕਿਊਟਿਵ ਆਰਡਰ ਪ੍ਰੈਜ਼ੀਡੈਂਟ ਟਰੰਪ ਨੇ ਐਕਚੁਅਲੀ ਸਾਈਨ ਕੀਤਾ ਸੀ ਇਸ ਵੀਕਐਂਡ ਉਹਦੀ ਵੀ ਥੋੜੀ ਜੀ ਮੈਂ ਤੁਹਾਡੇ ਤੋਂ ਓਪੀਨੀਅਨ ਲੈਣਾ ਚਾਹੁੰਦੀ ਹਾਂ ਬਿਕੋਜ਼ ਉਹਦੇ ਵੀ ਕੁਝ ਯੂ ਨੋ ਕੁਝ ਸਾਈਡਾਂ ਕਹਿ ਰਹੀ ਹੈ ਉਹ ਲੀਗਲ ਨਹੀਂ ਹੈ ਕਨਸਟੀਟਿਊਸ਼ਨ ਨਹੀਂ ਹੈ ਦੂਜੀਆਂ ਸਾਈਡਾਂ ਕਹਿ ਰਹੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਬਿਲਕੁਲ ਇਨ ਚੀਜ਼ਾਂ ਨੂੰ ਅੱਗੇ ਪਾਸ ਕਰ ਸਕਦੇ ਸੋ ਇਹ ਜੋ ਨੈਕਸਟ ਐਗਜ਼ੀਕਿਊਟਿਵ ਆਰਡਰ ਹੁਣੇ ਸਾਈਨ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਜਿਹਦੇ ਵਿੱਚ ਉਹਨਾਂ ਨੇ ਕੁਝ ਮੋਟੀ ਮੋਟੀ ਚੀਜ਼ਾਂ ਨੂੰ ਅੱਗੇ ਵਧਾਇਆ ਜਿੱਥੇ ਅਨਇੰਪਲੋਇਮੈਂਟ ਜਾਂ ਇਵਿਕਸ਼ਨ ਦੀ ਗੱਲ ਆਉਂਦੀ ਹੈ ਜੋ ਬੈਨੀਫਿਟਸ ਐਕਸਪਾਇਰ ਹੋ ਚੁੱਕੇ ਸੀ ਐਂਡ ਆਫ ਜੁਲਾਈ ਐਂਡ ਹਲੇ ਕਾਂਗਰਸ ਐਂਡ ਸੈਨੇਟ ਵੱਲੋਂ ਇੱਕ ਹੋਰ ਬਿੱਲ ਨਹੀਂ ਪਾਸ ਹੋਇਆ ਉਹਨਾਂ ਨੂੰ ਐਕਸਟੈਂਡ ਕਰਨ ਦਾ ਕੀ ਪ੍ਰੈਜ਼ੀਡੈਂਟ ਕੋਲ ਇਸ ਤਰ੍ਹਾਂ ਦੀ ਅਥਾਰਟੀ ਹੈਗੀ ਇਨ ਚੀਜ਼ਾਂ ਨੂੰ ਇੱਕ ਸਿਗਨੇਚਰ ਨਾਲ ਪਾਸ ਕਰਨ ਦੀ ਅਸ਼ਮੀਤਾ ਜੀ ਜਿਹੜੇ ਫੈਡਰਲ ਸਟੂਡੈਂਟ ਲੋਨਸ ਨੇ ਉਹਨਾਂ ਦਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਸਟੂਡੈਂਟ ਲੋਨ ਜਿਹੜੇ ਹੈਗੇ ਆ ਵੀ ਉਹਨਾਂ ਦੀ ਜਿਹੜੀ ਪੇਮੈਂਟ ਹੈਗੀ ਆ ਉਹ ਅਜੇ ਨਾ ਲਈ ਜਾਵੇ ਉਹ ਅਥਾਰਟੀ ਹੈਗੀ ਆ ਕਿਉਂਕਿ ਜਿਹੜੀਆਂ ਫੈਡਰਲ ਮਤਲਬ ਗਵਰਨਮੈਂਟ ਨੂੰ ਰੈਗੂਲੇਟ ਕਰਦੀ ਜਿਹੜੇ ਸਟੂਡੈਂਟ ਲੋਨ ਪ੍ਰੋਗਰਾਮ ਨੇ ਉਸ ਤੋਂ ਇਲਾਵਾ ਜਿਹੜੇ ਬਾਕੀ ਦੀਆਂ 3 ਚੀਜ਼ਾਂ ਸੀਗੀਆਂ ਉਹਦੇ ਵਿੱਚ ਇੱਕ ਤਾਂ ਸੀਗਾ ਕਿ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਹੈਗੇ ਆ ਉਹ ਜਿਵੇਂ 600 ਮਿਲਦਾ ਵੀਕਲੀ ਲੋਕਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਮੈਂ 600 ਤੋਂ ਘਟਾ ਕੇ 400 ਕਰਦਾ ਵੀ 400 ਦਿਆ ਕਰੋ ਤੇ ਇਹ ਜਿਹੜੀ ਹੈ ਇਹਦੇ 'ਚ ਉਹਨਾਂ ਕੋਲੇ ਦੇਣ ਦਾ ਪੈਸਾ ਕਿੱਥੇ ਹੈ ਕਿਉਂਕਿ ਜਿਹੜਾ ਮਤਲਬ ਪੈਸਾ ਤਾਂ US ਕਾਂਗਰਸ ਕੋਲ ਆ ਜਿੰਨੀ ਦੇਰ ਤੱਕ ਕਾਂਗਰਸ ਬਿੱਲ ਮਤਲਬ ਪਾਸ ਕਰਕੇ ਮਨੀ ਲੇਆਊਟ ਨਹੀਂ ਕਰਦੀ ਉਨੀ ਦੇਰ ਤੱਕ ਪ੍ਰੈਜ਼ੀਡੈਂਟ ਟਰੰਪ ਇਹਨੂੰ ਕਿੱਥੋਂ ਦੇਣਗੇ $400 ਉਹਨਾਂ ਨੂੰ ਹਰ ਮਹੀਨੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ 25% ਜਿਹੜਾ ਸਟੇਟ ਸ਼ੇਅਰ ਕਰੇ ਜੀ ਤੇ ਹੁਣ ਜਿਹੜੀ ਸਟੇਟ ਆ ਉਹ ਕਈ ਸਟੇਟਾਂ ਕੋਲ ਤਾਂ ਹੈ ਹੀ ਕੁਝ ਨਹੀਂ ਗਾ ਸ਼ੇਅਰ ਕਰਨ ਨੂੰ ਤੇ ਉਹ ਕਹਿੰਦੇ ਵੀ ਮਤਲਬ ਅਸੀਂ ਨਹੀਂ ਕਰ ਸਕਦੇ ਸ਼ੇਅਰ ਸੋ ਉਹਦੇ ਜਿਨ੍ਹਾਂ ਨੇ ਫਿਰ ਹੋਰ ਡਿਪਾਰਟਮੈਂਟਾਂ ਨੂੰ ਕਹਿਣਗੇ ਵੀ ਉਹਨਾਂ ਵਿੱਚੋਂ ਪੈਸੇ ਜਿਹੜੇ ਹੈਗੇ ਆ ਉਹ ਤੁਸੀਂ ਉਧਰ ਫੰਡਸ ਡਿਵਰਟ ਕਰੋ ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਇਟਸੈਲਫ ਕੋਈ ਇਦਾਂ ਦਾ ਫੰਡ ਨਹੀਂ ਹੁੰਦਾ ਉਹ ਤਾਂ ਜਿਹੜੇ ਅੱਡ ਅੱਡ ਯਾਨੀ ਕਿ ਡਿਪਾਰਟਮੈਂਟ ਦਾ ਬਜਟ ਹੁੰਦਾ ਜਿੱਦਾਂ ਕਿ ਮਿਲਟਰੀ ਦਾ ਬਜਟ ਹੋਗਾ ਜਿਵੇਂ ਇਹਨਾਂ ਨੇ ਹੁਣ ਜਿਹੜੀ ਉਹ ਵਾਲ ਬਣਾਈ ਸੀ ਉਹਦੇ ਵਾਸਤੇ ਮਿਲਟਰੀ ਦੇ ਪੈਸੇ ਡਿਵਰਟ ਕੀਤੇ ਸੀ ਇਦਾਂ ਹੀ ਜਿਹੜਾ ਉਹ ਜਿਹੜੀ ਹੁਣ ਮਤਲਬ ਹਾਊਸਿੰਗ ਦਾ ਹੈਗਾ ਡਿਪਾਰਟਮੈਂਟ ਜਾਂ ਜਿਹੜਾ ਅਰਬਨ ਡਿਵੈਲਪਮੈਂਟ ਜਿਹੜੇ ਇਦਾਂ ਦੇ ਡਿਪਾਰਟਮੈਂਟ ਨੇ ਜਾਂ ਕੋਈ ਹੋਰ ਆ ਉਹਨਾਂ ਨੂੰ ਕਹਿ ਸਕਦੇ ਆ ਵੀ ਉੱਥੋਂ ਪੈਸੇ ਉੱਧਰ ਦੇ ਦਿਓ ਪਰ ਕਿੰਨੀ ਦੇਰ ਲਈ ਕਿਉਂਕਿ ਆਫਟਰ ਆਲ ਉਹਦੀ ਵੀ ਕੋਈ ਲਿਮਿਟ ਹੋਏਗੀ ਸੋ ਇਹ ਜਿਹੜਾ ਜਿਹੜਾ ਪੈਸਾ ਲੇਆਊਟ ਕਰਨਾ ਪਾਵਰ ਆ ਨਾ ਕਿ ਪ੍ਰੈਜ਼ੀਡੈਂਟ ਨੂੰ ਜੀ ਸੋ ਇਹ ਜਿਹੜਾ ਆਰਡਰ ਹੈਗਾ ਅਨਇੰਪਲੋਇਮੈਂਟ ਵਾਲਾ ਇਹ ਮੇਰੇ ਖਿਆਲ ਨਾਲ ਇਨਫੋਰਸੇਬਲ ਨਹੀਂ ਹੋਏਗਾ ਤੇ ਇਹਨੂੰ ਮਤਲਬ ਬਹੁਤ ਮੁਸ਼ਕਲ ਆ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ ਇਵਿਕਸ਼ਨ ਦਾ ਕੀਤਾ ਉਹ ਵੀ ਉਹ ਤੇ ਰੋਕ ਲਾਈ ਆ ਪਰ ਜਿਹੜੀ ਇਵਿਕਸ਼ਨ ਦਾ ਲਾਅ ਹੈਗਾ ਉਹ ਫੈਡਰਲ ਲਾਅ ਥੋੜੀ ਆ ਕੋਈ ਉਹ ਤਾਂ ਸਟੇਟ ਦੇ ਲਾਅਜ਼ ਨੇ ਜੀ ਜਿਵੇਂ ਸਟੇਟ ਦੇ ਵਿੱਚ ਲੈਂਡ ਲਾਅ ਟੈਨੈਂਟ ਜਿਹੜੇ ਇਸ਼ੂਜ਼ ਹੁੰਦੇ ਆ ਵੀ ਜਿਵੇਂ ਕਿਸੇ ਬੰਦੇ ਨੂੰ ਆਪਾਂ ਲੀਜ਼ ਕਿਸੇ ਨੇ ਲਿਖੀ ਆ ਤੇ ਉਹ ਤਾਂ ਸਟੇਟ ਲਾਅ ਦੇ ਅੰਡਰ ਆ ਉਹ ਫੈਡਰਲ ਲਾਅ ਨਹੀਂ ਹੈਗਾ ਜੀ ਤੇ ਉਹਦੇ ਚ ਵਿਕਸ਼ਨ ਜੇ ਹੁਣ ਹੁਣ ਕਿਸੇ ਸਟੇਟ ਦੇ ਵਿੱਚ ਕੋਈ ਲਾਅ ਨਹੀਂ ਹੋਊਗਾ ਵਿਕਸ਼ਨ ਦਾ ਨੂੰ ਰੋਕਣ ਦਾ ਤਾਂ ਉਹ ਮਤਲਬ ਹੁਣ ਪ੍ਰੈਜ਼ੀਡੈਂਟ ਕਿਵੇਂ ਰੋਕ ਸਕਦਾ ਉਹਨੂੰ ਉਹ ਵੀ ਹੋ ਸਕਦਾ ਕੋਈ ਕੋਰਟ ਜਾਂ ਕੋਈ ਚੀਜ਼ ਕਹਿ ਦੇਵੇ ਵੀ ਪੇਟੈਂਟਲੀ ਇਲੀਗਲ ਆ ਤੇ ਇਹਦੇ 'ਚ ਇੱਕੋ ਹੀ ਚੀਜ਼ ਆ ਵੀ ਜਿਹੜਾ ਸਟੂਡੈਂਟ ਵੀਜ਼ੇ ਆ ਜਿਹੜਾ ਸਟੂਡੈਂਟ ਦਾ ਉਹਨਾਂ ਨੇ ਮਤਲਬ ਸਟੂਡੈਂਟ ਲੋਨ ਦਾ ਕਿਹਾ ਸੀਗਾ ਵੀ ਜਿਹੜੇ ਸਟੂਡੈਂਟ ਲੋਨਸ ਨੇ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਮਤਲਬ ਜਿਹੜੀਆਂ ਦਸੰਬਰ ਤੱਕ ਡੈਫਰ ਕੀਤੀਆਂ ਜਾਣਗੀਆਂ ਉਹ ਕਰ ਸਕਦੇ ਆ ਉਹ ਇਹਨਾਂ ਕੋਲ ਪਾਵਰ ਹੈਗੀ ਜਿਹੜੇ ਬਾਕੀ 3 ਗੱਲਾਂ ਨੇ ਉਹ ਜੀ ਜੀ ਥੈਂਕ ਯੂ ਜਸਪ੍ਰੀਤ ਜੀ ਤੁਸੀਂ ਥੋੜ੍ਹੀ ਜਿਹੀ ਕਲੈਰਿਟੀ ਦਿੱਤੀ ਇੱਥੇ ਇੰਨੇ ਕਨਫਿਊਜ਼ਿੰਗ ਜੇ ਸਮੇਂ ਦੇ ਵਿੱਚ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਬਿਕੋਜ਼ ਆਫ ਕੋਰਸ ਇਹ ਜੋ ਆਰਡਰਸ ਹਨ ਸਰਫੇਸ 'ਤੇ ਲੱਗਦੇ ਹੈ ਕਿ ਕਿੰਨੀ ਵਧੀਆ ਚੀਜ਼ ਪ੍ਰੈਜ਼ੀਡੈਂਟ ਨੇ ਕੀਤੀ ਹੈ ਬਟ ਇਹ ਲਾਗੂ ਵੀ ਹੋ ਸਕਦੇ ਹੈ ਤੁਸੀਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਹੁਣ ਥੋੜ੍ਹੀ ਜਿਹੀ ਸਾਨੂੰ ਸਮਝ ਲੱਗ ਰਹੀ ਹੈ ਕਿ ਕੁਛ ਹੋ ਸਕਦੇ ਕੁਛ ਨਹੀਂ ਜਸਪ੍ਰੀਤ ਜੀ ਅੱਜ ਜੋ ਸਭ ਤੋਂ ਵੱਡੀ ਅਨਾਊਂਸਮੈਂਟ ਹੁਣੇ ਹੀ ਅਨਾਊਂਸ ਹੋਈ ਹੈ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹਨ
प्रेजिडेंट ट्रंप के खिलाफ खड़े हो रहे हैं। उन्होंने अपने रनिंग मेट नू आज चुन लिया है, कमाला हैरिस, सेनेटर फ्रॉम कैलिफोर्निया। तुसी भी कैलिफोर्निया तो सानू जुड़ रहे हो। सब तो पहले मैं तुहाडे तो ये पूछना चाहती हाँ, इस पिक नू लैके तुहाडा की ख्याल है? कमाला हैरिस दा जिहड़ा पिक है वह मतलब बहुत हैरानीजनक नहीं है, लग ही रहा सी कई दिनों तो, क्योंकि पहला इन्होंने कहा जो बाइडन ने भी मैं एक लेडी नू नॉमीनेट करांगा, तो जिहड़ा ना आ रहा सी चार मतलब लेडीज दा उहदे विच, ते उहनां विचों टॉप ते इन्हां दा नाम ही चल रहा सी, उहनां चों इह सीगे ते एक जिहड़े गवर्नर हैगे आ मिशीगन दे विटमर उह सी, एक सूजन राइस सी, ਤੇ ਇੱਕ ਦੋ ਹੋਰ ਸੀਗੀਆਂ, ਤੇ ਉਹਦੇ ਚ ਮੁਕਾਬਲਾ ਮੇਰੇ ਖਿਆਲ ਜਿਹੜੇ ਮਿਸ਼ੀਗਨ ਦੇ ਗਵਰਨਰ ਤੇ ਇਹਨਾਂ ਦੇ ਵਿੱਚ ਹੀ ਸੀਗਾ ਜੀ। ਤੇ ਕਿਉਂਕਿ ਹੁਣ ਸਿਵਲ ਜਿਹੜੀ ਅਨਰੈਸਟ ਮੂਵਮੈਂਟ ਵੀ ਚੱਲੀ ਹੈ ਕਾਫੀ ਜ਼ਿਆਦਾ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹ ਲੱਗਦਾ ਹੋਣਾ ਇਹਨਾਂ ਦੀ ਕੰਪੇਨ ਨੂੰ ਕਿ ਜੇ ਅਸੀਂ ਵੁਮੈਨ ਆਫ ਕਲਰ ਚੂਜ਼ ਕਰੀਏ ਤੇ ਅਸੀਂ ਮਤਲਬ अपनी कमाला हैरिस ਬਹੁਤ ਸਟਰੋਂਗ ਮਤਲਬ ਇਮੇਜ ਹੈਗੀ ਹੈ ਵੀ ਸ਼ੀ ਇਜ਼ ਵੈਰੀ ਸਟਰੋਂਗ ਐਂਡ ਮਤਲਬ ਸਪੀਕਰ ਬਹੁਤ ਵਧੀਆ ਨੇ ਜੀ, ਹਟਾਨੀ ਜਾਂਦਾ ਰਹੇ ਆ ਕੈਲੀਫੋਰਨੀਆ ਦੇ ਜੀ, ਤੇ ਲਾਅ ਇਨਫੋਰਸਮੈਂਟ ਨੂੰ ਇਨਫੋਰਸ ਕਰਨ ਵਾਲੇ ਆ, ਲਾਅ ਨੂੰ ਸਮਝਦੇ ਆ ਐਂਡ ਸ਼ੀ ਇਜ਼ ਕੰਸੀਡਰ ਟੂ ਬੀ ਵੈਰੀ ਸਟਰੋਂਗ ਜੀ, ਇਹ ਗੱਲ ਦਾ ਵੀ ਫਾਇਦਾ ਹੋਏਗਾ ਜੀ। ਸੋ ਕੁੱਲ ਮਿਲਾ ਕੇ ਜਿਹੜੀ ਉਹਨਾਂ ਕੋਲੇ ਚਾਰ ਪੰਜ ਮਤਲਬ ਜਿਹਨਾਂ ਦੇ ਵਿੱਚੋਂ ਚੁਣਨਾ ਸੀ ਜਿਹੜੀਆਂ ਉਹ ਆਪਸ਼ਨਸ ਨੇ ਉਹਨਾਂ ਵਿੱਚੋਂ ਮੇਰਾ ਖਿਆਲ ਆ ਵੀ ਇਹ ਚੁਆਇਸ ਮਤਲਬ ਉਹਨਾਂ ਵਿੱਚੋਂ ਵਧੀਆ। ਤੁਹਾਨੂੰ ਲੱਗਦਾ ਜਸਪ੍ਰੀਤ ਜੀ, ਤੁਹਾਨੂੰ ਲੱਗਦਾ ਕਿ ਇਸ ਪਿੱਕ ਦੇ ਨਾਲ ਕਮਾਲਾ ਹੈਰਿਸ ਨੂੰ ਚੁਣਨ ਦੇ ਨਾਲ ਜੋ ਬਾਈਡਨ ਦੀ ਕੈਂਪੇਨ ਨੂੰ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਕੋਈ ਇਨਕਰੀਸਡ ਸਪੋਰਟ ਮਿਲੂਗੀ, ਜਾਂ ਤੁਹਾਨੂੰ ਨਹੀਂ ਲੱਗਦਾ ਇਹੋ ਜਿਹੀ ਕੋਈ ਗੱਲ ਹੋਣ ਵਾਲੀ ਹੈ? ਨਹੀਂ, ਫਰਕ ਪਏਗਾ ਅਸ਼ਮਿਤਾ ਜੀ, ਇਹਦੇ ਚੋਂ ਜਿਹੜੀ ਅਫਰੀਕਨ ਅਮਰੀਕਨ ਕਮਿਊਨਿਟੀ ਹੈ ਜਾਂ ਜਿਹੜੀ ਆਪਣੇ ਈਵਨ ਜਿਹੜੇ ਇੰਡੀਅਨ ਵੀ ਕੁਝ ਉਹਦਾ ਮਤਲਬ ਇੱਕ ਪੇਰੈਂਟ ਇੰਡੀਅਨ ਸੀ ਜੀ, ਤੇ ਪਲੱਸ ਜਿਹੜੇ ਮਤਲਬ ਹਿਸਪੈਨਿਕ ਹੈਗੇ ਆ ਜਾਂ ਹੋਰ ਜਿਹੜੇ ਕਮਿਊਨਿਟੀਜ਼ ਆ ਉਹਦੇ ਵਿੱਚ ਸਾਰੇ ਮਤਲਬ ਫਰਕ ਪਏਗਾ, ਲੇਡੀਜ਼ 'ਤੇ ਵੀ ਫਰਕ ਪਏਗਾ ਇੱਕ ਨਾਲੇ। ਪਰ ਇੱਥੇ ਧਾਰਨਾ ਹੈਗੀ ਅਮਰੀਕਾ ਦੇ ਵਿੱਚ ਬਣੀ ਹੋਈ, ਅਤੇ ਉਹ ਇਹ ਹੈਗੀ ਆ ਕਿ ਉਹ ਕਹਿੰਦੇ ਨੇ ਵੀ ਇੱਥੇ ਜਦੋਂ ਵੀ ਪ੍ਰੈਜੀਡੈਂਟ ਵਾਈਸ ਪ੍ਰੈਜੀਡੈਂਟ ਕੈਂਡੀਡੇਟ ਕਾਮਯਾਬ ਹੁੰਦੇ ਆ ਉਹ ਦੋ ਮੇਲ ਹੀ ਹੁੰਦੇ ਆ, ਫੀਮੇਲ ਕਦੇ ਹੋਈ ਨਹੀਂ। ਕਿਉਂਕਿ ਤੁਹਾਨੂੰ ਯਾਦ ਹੋਊਗਾ ਵੀ ਜੌਨ ਮਕੇਨ ਨੇ ਵੀ ਇੱਕ ਵਾਰੀ ਚੁਣਿਆ ਸੀਗਾ ਸੈਰਾ ਪੈਲਨ ਨੂੰ ਓਬਾਮਾ ਅਤੇ ਬਾਈਡਨ ਦੇ ਖਿਲਾਫ਼, ਅਤੇ ਉਦੋਂ ਕਾਮਯਾਬ ਨਹੀਂ ਹੋਏ ਜੀ, ਪਰ ਉਦੋਂ ਹਾਲਾਤ ਡਿਫਰੈਂਟ ਸੀਗੇ, ਹੁਣ ਹਾਲਾਤ ਵੀ ਡਿਫਰੈਂਟ ਨੇ, ਉਦੋਂ ਇਹ ਕੋਵਿਡ-19 ਵੀ ਨਹੀਂ ਸੀ ਆਇਆ ਜੀ ਜੀ, ਇਸ ਕਰਕੇ ਇਹ ਵੀ ਇੱਕ ਇੱਕ ਡਿਫਰੈਂਟ ਹੈ। ਉਹ ਇੱਕ ਹੈ ਇੱਥੇ ਧਾਰਨਾ ਅਮਰੀਕਾ ਦੇ ਵਿੱਚ ਬਣੀ ਹੋਈ, ਪਰ ਬੜੀ ਅਨਫਾਰਚੂਨੇਟ ਆ ਜੇ ਹੁਣ ਤੁਸੀਂ ਦੇਖੋ ਵੀ ਹੋਰਾਂ ਮੁਲਕਾਂ ਦੇ ਵਿੱਚ ਲੇਡੀਜ਼ ਹੋ ਸਕਦੀਆਂ ਪ੍ਰਾਈਮ ਮਿਨਿਸਟਰ ਜਾਂ ਪ੍ਰੈਜੀਡੈਂਟ, ਇੰਗਲੈਂਡ 'ਚ, ਜਰਮਨੀ 'ਚ, ਇੰਡੀਆ 'ਚ ਵੀ ਤੁਸੀਂ ਦੇਖ ਲਓ, ਪਾਕਿਸਤਾਨ ਤੱਕ ਰਹਿ ਚੁੱਕੇ ਆ ਹਾਂਜੀ ਜੀ ਜੀ, ਤੇ ਇਹ ਇੱਥੇ ਅਮਰੀਕਾ 'ਚ ਕੀ ਪ੍ਰੋਬਲਮ ਆ? ਤੁਹਾਨੂੰ ਪਤਾ ਹੀ ਆ ਵੀ ਪਾਰਟੀ ਆਪਣੇ ਕਨਵੈਨਸ਼ਨ ਕਿੱਦਾਂ ਕਰਦੇ, ਕਿੱਦਾਂ ਕਨਵੈਸਿੰਗ ਹੋ ਰਹੀ ਆ, ਕੋਈ ਵੱਡੀ ਰੈਲੀ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ ਜੀ, ਤੇ ਮੇਲ ਜ਼ਿਆਦਾ ਹੋਈ ਵੋਟਿੰਗ, ਹਾਂਜੀ ਵੋਟਿੰਗ ਤੱਕ ਇਫੈਕਟ ਹੋਈ ਆ, ਐਬਸੋਲੂਟਲੀ ਐਬਸੋਲੂਟਲੀ ਸਾਰਾ ਕੁਛ ਹੀ। ਹਾਂ, ਉਧਰੋਂ ਇਕਨੋਮੀ ਦਾ ਕੀ ਹਾਲ ਆ, ਕੋਵਿਡ ਦੀ ਕੋਈ ਪਤਾ ਨਹੀਂ ਕੀ ਪੋਜੀਸ਼ਨ ਕੀ ਟਰਨ ਲੈਣੀ ਆ ਉਹਨੇ ਅਗਲੇ ਦਿਨਾਂ 'ਚ, ਹੁਣ ਸਕੂਲ ਖੋਲ੍ਹੇ ਨੇ, ਅੱਜ ਖਬਰ ਆਈ ਹੈ ਸਮਿਤਾ ਜੀ ਵੀ ਇੱਕ ਜਾਰਜੀਆ ਦੇ ਸਕੂਲ ਦੇ ਵਿੱਚ ਪਹਿਲੇ ਦਿਨ ਹੀ 8 ਬੱਚੇ ਜਿਹੜੇ ਪੋਜ਼ਿਟਿਵ ਪਾਏ ਗਏ ਕੋਵਿਡ ਦੇ ਜੀ ਜੀ ਬਿਲਕੁਲ, ਉਦੋਂ ਬਾਅਦ ਉਹ ਸਕੂਲ ਨੇ 800 ਬੱਚੇ ਨੂੰ ਕੁਆਰੰਟਾਈਨ ਕਰਤਾ, ਉਹਨਾਂ ਤੋਂ 800 ਬੱਚੇ 'ਚ ਫੈਲ ਗਿਆ। ਹੁਣ ਤੁਸੀਂ ਜਸਟ ਇਮੇਜਿਨ ਵੀ ਇੱਕ ਸਕੂਲ ਖੋਲ੍ਹਿਆ ਤਾਂ 800 ਬੱਚਾ 800 ਚਿਲਡਰਨ ਜਿਹੜੇ ਕੁਆਰੰਟਾਈਨ ਕੀਤੇ ਆ, ਤੇ ਜਿਹੜੇ ਘਰਾਂ 'ਚ ਕੁਆਰੰਟਾਈਨ ਕੀਤੇ ਹੋਣਗੇ ਉਹਨਾਂ ਦੇ ਜਿਹੜੇ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਦਾ ਕੀ ਹਾਲ ਹੋਊ? ਸੋ ਇਹ ਜਿਹੜੇ ਆ ਸਕੂਲ ਖੋਲ੍ਹੀ ਜਾਂਦੇ ਆ, ਕਿੰਨੀ ਰਿਸਪੋਨਸੀਬਲ ਮਤਲਬ ਗੱਲ ਆ, ਬਿਨਾਂ ਕਿਸੇ
एंड इत्थे एक होर चीज़ कल परसों की गल है कि न्यूयॉर्क स्टेट गवर्नर कुओमो ने भी कहा कि न्यूयॉर्क स्टेट के भी स्कूल्स खुलेंगे एंड ऑफकोर्स न्यूयॉर्क सिटी इज़ द लार्जेस्ट स्कूल डिस्ट्रिक्ट इन द कंट्री मिलियंस ऑफ किड्स गो टू स्कूल हियर सो इत्थे भी देख रहे हैं किस तरह यह चीज़ नू प्ले आउट ये होंगी है बट जसप्रीत जी थैंक यू सो मच तुसी हर हफ्ते वांगू साडे नाल जुड़े अपडेट्स भी दित्तियां ते जो करंट इवेंट्स है थोड़ा जिहा सानू उहदे बारे कॉन्टैक्सट दिता होर जानकारी दित्ती मैं दर्शकों नू दसना चाहनी तुसी ये प्रोग्राम मिस करता तुसी जरूर इहदा रिपीट अज शाम नू 12:30 ईस्टर्न 9:30 पैसिफिक टाइम वेख सकते हो जस पंजाबी ते ऑफकोर्स फेसबुक सोशल मीडिया ते भी इहदा एपीसोड होएगा जसप्रीत जी इस तरह तुहाडे नाल अगले हफ्ते मिलांगे स्टे सेफ सति श्री अकाल मैं बाकी व्यूअर्स नू दसना चाहनी हां इस शो नू लैके इस मुद्दे नू लैके तुसी साडे लई कोई सवाल क्वेश्चन कॉमेंट्स रखना चाहते हो तुसी जरूर सानू कॉन्टैक्ट कर सकते हो info@justbroadcasting.com ashmita@justbroadcasting.com हुण मैनू दिओ इजाजत सति श्री अकाल।